ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ? ਠੀਕ ਠਾਕ? ਵਧੀਆ। ਅਤੇ ਆਪਾਂ ਲੱਗੇ ਹਾਂ ਰਾਤ ਦੀ ਰੋਟੀ ਬਣਾਉਣ। ਟਾਈਮ 6:30 ਹੋ ਗਏ ਆ, ਅਤੇ ਮੈਂ ਸੋਚਿਆ ਸ਼ੇਅਰ ਕਰ ਲਈਏ ਤੁਹਾਡੇ ਨਾਲ ਵੀ। ਅੱਜ ਆਪਾਂ ਪਹਿਲੀ ਵਾਰੀ ਆਹ ਵਾਲੇ ਬੈਂਗਣ ਬਣਾਉਣ ਲੱਗੇ ਹਾਂ। ਇਹ ਕਦੀ ਨਹੀਂ ਆਪਾਂ ਬੈਂਗਣ ਲਿਆਂਦੇ ਨਹੀਂ ਆ। ਮੈਂ ਅੱਜ ਇਹਨਾਂ ਨੂੰ ਵੀ ਟਰਾਈ ਕਰਕੇ ਵੇਖਦੇ ਹਾਂ ਕਿੱਦਾਂ ਦੇ ਬਣਦੇ ਆ। ਅਤੇ ਮੈਂ ਬਾਕੀ ਤਾਂ ਮਸਾਲਾ ਵਗੈਰਾ ਕੱਟ ਲਿਆ ਸੀ, ਪਿਆਜ਼ ਵਗੈਰਾ ਅਦਰਕ, ਅਤੇ ਮੈਂ ਸੋਚਿਆ ਹੁਣ ਨਾਲ ਨਾਲ ਬੈਂਗਣ ਕੱਟ ਲੈਂਦੇ ਹਾਂ। ਇਹ ਪਾ ਲਈਏ, ਇਹ ਸਾਲ ਲੱਗ ਜੀ ਹੁੰਦੀ ਹੈ ਬਣ ਕੇ, ਹੈਨਾ? ਆ ਵੀ ਇਹਦੀ ਪਾ ਲੈਂਦੇ ਹਾਂ। ਨਹੀਂ ਚੰਗੀ ਲੱਗਦੀ? ਨਹੀਂ, ਬਹੁਤ ਸਾਲ ਲੱਗਦੀ ਹੈ ਇਹ। ਵੈਸੇ ਮੈਨੂੰ ਚਲੋ ਬੈਂਗਣ ਤਾਂ ਇੰਨੇ ਸਾਲ ਨਹੀਂ ਲੱਗਦੇ, ਵੀ ਆਲੂ ਆਲੂ ਅਸੀਂ ਖਾ ਲੈਣੇ ਆ, ਬੈਂਗਣ ਸਾਡੇ ਉੱਤੇ ਹੀ ਰਹਿ ਜਾਣੇ, ਇੰਨਾ ਮੈਨੂੰ ਪਤਾ ਆ। ਕਿਉਂਕਿ ਅਸੀਂ ਅੱਗੇ ਆਲੂ ਬਣਾਈ ਦਾ ਵਾ, ਬੈਂਗਣ ਬਣਾਉਂਦੇ ਹਾਂ ਛਿੱਲ ਕੇ, ਅੱਜ ਅਸੀਂ ਬਿਨਾਂ ਛਿੱਲੇ ਦੇ ਬਣਾਉਣ ਲੱਗੇ ਹਾਂ। ਤਾਂ ਨਾ ਵੇਖਿਓ ਕੁਛ ਆਉਣ। ਇਹਨੇ ਆ ਵੇ ਲੋ ਸਾਰਾ ਮਸ਼ੀਨ ਦੇ ਕਵਰ ਕੁਵਰ ਲਾ ਦਿੱਤੇ। ਟਾਈਮ ਹੋ ਗਿਆ ਆ 6:30 ਸਾਡੇ, ਕਿਉਂਕਿ ਸਬਜ਼ੀ ਤਾਂ ਆਪਾਂ ਸ਼ਾਮ ਨੂੰ ਵੀ ਬਣਾ ਲਈ ਦੀ ਆ, ਦੁਪਹਿਰਾਂ ਨੂੰ ਵੀ ਬਣਾ ਲਈ ਦੀ ਆ, ਕੰਮ ਤਾਂ ਖੜਨੀ ਹੁੰਦੀ ਆ, ਇਸ ਕਰਕੇ
ਹੁਣ ਬਣਾ ਲਈ ਆ। ਅਤੇ ਆਪਣਾ ਤੜਕਾ ਭੁੱਜ ਗਿਆ, ਇਹ 'ਚ ਮੈਂ ਟਮਾਟਰ ਮਿਰਚਾਂ ਵੀ ਪਾ ਦਿੱਤੀਆਂ। ਟਮਾਟਰ ਦਾ ਪੀਸ ਵਿੱਚ ਹੀ ਰਹਿ ਗਿਆ ਇੱਕ ਕੱਟਣ ਵਾਲਾ। ਇਹ 'ਚ ਹੁਣ ਮੈਂ ਬਾਕੀ ਵੀ ਮਸਾਲੇ ਪਾ ਲੈਂਦੀ ਹਾਂ ਸਾਰੇ। ਆਪਾਂ ਸਾਡੇ ਨਾਲ ਤਾਂ ਇਸ ਵਾਰ ਬਹੁਤਾ ਧੱਕਾ ਹੋਣ ਡਿਆ ਸਾਡੇ ਤਾਂ, ਫਿਰ ਜਿਹੜਾ ਵਾ ਲੰਬਾਰ ਦੀ ਏਰੀਆ ਜਿਹੜਾ ਰੈੱਡ ਜੋਨ ਦੇ ਵਿੱਚ ਕੱਲ੍ਹ ਨੂੰ ਆ ਜਾਣਾ ਵਾ। ਵੇਖੋ ਗਾਹ ਗਾਹ ਕੀ ਬਣਦਾ। ਵੈਸੇ ਵੀ ਮੇਰੇ ਖਿਆਲ ਨਾਲ ਕਿ ਦਸੰਬਰ ਮਹੀਨੇ ਤੋਂ ਨਵੰਬਰ ਮਹੀਨੇ ਤੋਂ ਆਪਾਂ ਆਪਣੇ ਮਤਲਬ ਕਿ ਸ਼ਹਿਰ ਤੋਂ ਬਾਹਰ ਨਹੀਂ ਪਿੰਡ ਤੋਂ ਜਾ ਸਕਦੇ ਸੀ, ਹੁਣ ਤਾਂ ਬਹੁਤਾ ਹੀ ਔਖਾ ਹੋ ਗਿਆ। ਕੱਲ੍ਹ ਤੋਂ ਫਿਰ ਸਾਡਾ ਜਿਹੜਾ ਵਾ ਏਰੀਆ ਰੈੱਡ ਜੋਨ ਦੇ ਵਿੱਚ ਆ ਗਿਆ। ਲਓ ਜੀ ਆਪਣਾ ਤੜਕਾ ਹੋ ਗਿਆ ਤਿਆਰ ਬਿਲਕੁਲ। ਇਹ 'ਚ ਪਾ ਦਈਏ ਸਬਜ਼ੀ। ਅਤੇ ਮੈਨੂੰ ਕਮੈਂਟ ਆਉਂਦੇ ਸੀ ਵੀ ਗੁਰਸ਼ਾਨ ਹੈ ਕਿੰਨੇ ਕਿੰਨੇ ਟਾਈਮ ਦਾ ਹੋ ਗਿਆ ਆ। ਗੁਰਸ਼ਾਨ ਨਾ 5 ਸਾਲ ਦਾ ਹੋ ਗਿਆ ਆ, ਅਤੇ ਇੱਕ ਦੋ ਜਣੇ ਦੇ ਵਿੱਚ ਕਮੈਂਟ ਆਏ ਸੀ ਵੀ ਗੁਰਸ਼ਾਨ ਦਾ ਜਿਹੜਾ ਬਰਥ ਵਾ ਇੰਡੀਆ ਦਾ ਆ ਕਿ ਇਟਲੀ ਦਾ ਆ। ਉਹਦਾ ਬਰਥ ਇੰਡੀਆ ਦਾ ਨਹੀਂ ਆ, ਇਟਲੀ ਦਾ ਆ। ਥੋੜ੍ਹਾ ਜਿਹਾ ਪਾ ਦਿੰਦੀ ਹਾਂ ਜੀ ਪਾਣੀ। ਕਿਉਂਕਿ ਇੱਦਾਂ ਫਿਰ ਸਬਜ਼ੀ ਜਿਹੜੀ ਹੈ ਥੱਲੇ ਨਹੀਂ ਲੱਗੂਗੀ ਆਪਣੀ, ਨਹੀਂ ਤਾਂ ਥੱਲੇ ਸਬਜ਼ੀ ਲੱਗ ਜਾਣੀ ਹੈ। ਅਤੇ ਨਾਲ ਹੀ ਹੁਣ ਆਪਾਂ ਆਟਾ ਗੁੰਨ ਲਈ ਨਹੀਂ ਇੱਧਰ। ਲਓ ਜੀ ਨਾਲ ਨਾਲ ਸਬਜ਼ੀ ਬਣਦੇ ਬਣਦੇ ਆਪਾਂ ਆਟਾ ਗੁੰਨ ਲੈਂਦੇ ਨਾਲ। ਜਦੋਂ ਸਬਜ਼ੀ ਬਣ ਜਾਏਗੀ ਨਾਲ ਹੀ ਫਿਰ ਆਪਾਂ ਫੁਲਕੇ ਜਿਹੜੇ ਆ ਲਾ ਲਾਂਗੇ। ਹੋਰ ਦੱਸਿਓ ਜੀ, ਤੁਹਾਨੂੰ ਸਾਡੇ ਹੁਣ 2 ਵਲੌਗ ਮਤਲਬ ਕਿ ਹਰ ਰੋਜ਼ ਆਇਆ ਕਰਨਗੇ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ।
ਲਓ ਜੀ ਮੇਰਾ ਆਟਾ ਆਟਾ ਗੁੱਝ ਕੇ ਗੁੰਨ ਲਿਆ ਮੈਂ, ਫਿਰ ਇਹਨੂੰ ਵੀ ਡੱਬੇ 'ਚ ਕੱਢ ਲੈਂਦੇ ਆਪਾਂ। ਅਤੇ ਸਬਜ਼ੀ ਦੀ ਤਾਂ ਬਸ ਥੋੜ੍ਹੀ ਜਿਹੀ ਕਸਰ ਆ, ਬੈਂਗਣ ਤਾਂ ਹੋ ਗਏ ਆ ਪਰ ਆਲੂ ਰਹਿ ਗਏ ਆ ਮਾੜੇ ਮਾੜੇ ਹੁਣ ਵਾਲੇ। ਆਟਾ ਤਾਂ ਗੁੰਨ ਲਿਆ ਆਪਾਂ, ਬਸ ਸਬਜ਼ੀ ਹੁੰਦੇ ਆ ਸਾਰੇ ਨਾਲ ਹੀ, ਫਿਰ ਆਪਾਂ ਫੁਲਕੇ ਲਾ ਲੈਣੇ ਆ ਕਿਉਂਕਿ ਸਵੇਰੇ ਤਰਨ ਨੇ ਵੀ ਕੰਮ 'ਤੇ ਜਾਣਾ ਵਾ, ਫਿਰ ਆਪਾਂ 5:30 ਉੱਠਣਾ ਅਤੇ ਗੁਰਸ਼ਾਨ ਨੇ ਵੀ ਸਕੂਲ ਜਾਣਾ ਸਵੇਰੇ, ਫਿਰ ਔਖਾ ਜਿਹਾ ਹੋ ਜਾਂਦਾ ਸਵੇਰੇ ਉੱਠਣਾ। ਰੋਟੀ ਦਾ ਆਟਾ ਪਹਿਲਾਂ ਵਰਤ ਲਾਂਗੇ। ਲਓ ਜੀ ਆਪਣੀ ਸਬਜ਼ੀ ਤਾਂ ਬਣ ਗਈ ਹੈ, ਤਿਆਰ ਹੋ ਗਈ ਆ ਅਤੇ ਆਟਾ ਵੀ ਆਪਾਂ ਗੁੰਨ ਲਿਆ ਆ ਅਤੇ ਬਸ ਹੁਣ ਫੁਲਕੇ ਗੁੰਨੇ ਆ। ਲਓ ਜੀ ਚਲੋ ਜੀ ਠੀਕ ਆ ਜੀ, ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ। ਓਕੇ ਜੀ, ਬਾਏ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰੀ ਸਤਿ ਸ਼੍ਰੀ ਅਕਾਲ ਕਰ ਦਿਓ ਸਾਰੇ ਜਣੇ, ਤਰਨ ਇੱਧਰ ਸਤਿ ਸ਼੍ਰੀ ਅਕਾਲ ਕਰ ਦਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।